ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਬੇਮਨ ਦਾ ਯੋਧਾ ਹਾਂ। ਮੈਂ ਇਹਨਾਂ ਪੰਥ ਦੋਖੀਆਂ ਦੀ ਈੜ ਨਹੀਂ ਪ੍ਰਵਾਨ ਕਰਾਂਗਾ। ਸਰਬੱਤ ਖਾਲਸੇ ਨੇ 2015 ਦੇ ਸਰਬੱਤ ਖਾਲਸੇ ਵਿੱਚ ਉਸ ਯੋਧੇ ਨੂੰ ਆਪਣਾ ਜਥੇਦਾਰ ਮੰਨਿਆ ਹੋਇਆ ਹੈ। ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਭਾਈ ਜਗਤਾਰ ਸਿੰਘ ਦੁਆਰਾ ਸ਼ਹਿਰ ਵੇਖਦਾ ਅਸੀਂ ਪੁੱਤਰ ਹਾਂ ਗੁਰੂ ਗੋਬਿੰਦ ਸਿੰਘ ਦੇ, ਅਸੀਂ ਪੁੱਤਰ ਹਾਂ ਗੁਰੂ ਗੋਬਿੰਦ ਸਿੰਘ ਦੇ, ਦੇਸ਼ ਭਗਤੀ ਦੀ ਚੜ੍ਹੀ ਆ ਪਾਣ ਸਾਨੂੰ, ਅਸੀਂ ਕਿਸੇ ਦਾ ਆਸਰਾ ਤੱਕਦੇ ਨਹੀਂ, ਰਹਿੰਦਾ ਆਪਣੀਆਂ ਬਾਹਾਂ ਤੇ ਮਾਣ ਸਾਨੂੰ, ਅਸੀਂ ਸ਼ੁਰੂ ਤੋਂ ਰਾਣਾ ਨੂੰ ਜਿੱਤਦੇ ਰਹੇ, ਕੌਣ ਸਕਿਆ ਹੈ ਅੱਗੇ ਹੈਰਾਨ ਸਾਨੂੰ, ਕੋਈ ਬੱਚਿਆਂ ਨਹੂਆਂ ਦਾ ਨਾਮ ਲੈ ਕੇ ਕਰਦੇ ਯਾਦ ਨੇ ਅਜੇ ਪਠਾਨ ਸਾਨੂੰ। ਉਹ ਕਿਹੜੇ ਆਇਆ ਜਦੋਂ 11ਵਾਂ ਮਹੀਨਾ 2011 ਦਿਨ ਦੇ 11 ਵਜੇ ਉਸ ਸਿਰਕੀ ਸੂਰਮੇ ਨੇ ਜਦੋਂ ਇੱਕ ਸੈਸ਼ਨ ਕੋਰਟ ਦੇ ਵਿੱਚੋਂ ਬਾਹਰ ਆਇਆ, ਇੱਕ ਪੰਥ ਦੋਖੀ ਨੇ ਯੋਧੇ ਦੇ ਨਾਲ ਯੋਧੇ ਦੇ ਮੂੰਹ ਦੇ ਉੱਪਰ ਥੱਪੜ ਮਾਰਨ ਵਾਸਤੇ ਅੱਗੇ ਨੂੰ ਵਧਿਆ। ਜਦੋਂ ਭਾਈ ਜਗਤਾਰ ਸਿੰਘ ਹਵਾਰਾ ਨੇ ਇਸ ਨੂੰ ਅੱਗੇ ਵਧਿਆ ਹੋਇਆ ਤੱਕਿਆ, ਇੱਕ ਯੋਧ ਦੀ ਉਸ ਮੋਢੇ ਦੇ ਨਿਸ਼ਾਨ ਸ਼ਰਮਾ ਦੇ ਕੰਨ ਦੇ ਉੱਪਰ ਥੱਪੜ ਮਾਰਿਆ, ਭਗਵਾਨ ਵੀ ਖਾਂਦਾ ਹੋਇਆ ਪਿੱਛੇ ਨੂੰ ਭੱਜਿਆ। ਉਸ ਨੂੰ ਇਹ ਤਗਾਜਾ ਸੀ ਕਿ ਇਸ ਸ਼ੇਰ ਦੇ ਪੈਰਾਂ ਦੇ ਵਿੱਚ ਬੇੜੀਆਂ ਹੱਥਾਂ ਦੇ ਵਿੱਚ ਹੱਥ ਧਰੀਆਂ ਹਨ, ਇਸ ਦੀ ਮੇਰੇ ਸਾਹਮਣੇ ਪੇਸ਼ ਨਹੀਂ ਜਾਵੇਗੀ। ਪਰ ਭਾਈ ਜਗਤਾਰ ਸਿੰਘ ਹਵਾਰੇ ਨੇ ਦੱਸ ਦਿੱਤਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਦੇ ਪੁੱਤਰ ਹਾਂ, ਕਿਸੇ ਦੁੱਕੇ ਟਿੱਕੀ ਦੇ ਉੱਪਰ ਵਾਧਾ ਨਹੀਂ ਕਰਦੇ, ਔਰ ਕਿਸੇ ਵੀ ਪਾਈ ਹੋਈ ਬਾਜੀ ਨੂੰ ਬੜੇ ਬਾਅਦ ਖੂਬੀ ਤਰੀਕੇ ਦੇ ਨਾਲ ਮੋੜਦੇ ਹਾਂ। ਉਸ ਯੋਧੇ ਦੀ ਕੁਰਬਾਨੀ ਨੂੰ ਪੇਸ਼ ਕਰਦਿਆਂ ਹੋਇਆਂ ਇੱਕ ਨਜ਼ਰ ਆਪ ਜੀ ਦੇ ਚਰਨਾਂ ਦੇ ਵਿੱਚ ਇਹ ਪੇਸ਼ ਕੀਤੀ ਜਾ ਰਹੀ ਹੈ। Woo!
खुश जे ना सोने सुल्तान होंदा अज दिल्ली दे तख्त उत्ते राज करदा कोई जकरिया खान होंदा लाल किले दे झुलदा चन्न तारा ते सारा भारत पाकिस्तान होंदा है गुरु गोबिंद सिंह महाराज जी दे नाते पुत्र हन किसी जन्म की जीण नूं परवाह नहीं करदे और हकां दी खातर कौम दे हकां दी खातर संघर्षमय जीवन जीउ के महान कुर्बानियां करदे हन अपनी जिंदगी दे सुखां नूं त्यागदे हन। सरदार हरजीत सिंह जी कनेडा निवासियों वालों बहुत अमड़ा भेजे गए सरगु सचे पातशाह महाराज का जी कलाकार गुरु देव वीर सिंह सरदार पवित्र सिंह जी उन्होंने वालों आया डॉक्टर सरदार सुरेंद्र सिंह जी चमत उन्होंने वालों इतिहास का सरकार करते हुए माया भेजी गई है सरोवर को लेकर।